ਮੈਂ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ ਹੈ। ਮੱਟੂ ਸਾਹਿਬ ਅਤੇ ਪੰਡਿਤ ਬਰੋਜ ਜੀ ਦਾ ਵੀ ਮੈਂ ਪੂਰਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਰਾ ਕੰਮ ਕੀਤਾ। ਅੱਜ ਬੜਾ ਖੁਸ਼ੀ ਦਾ ਮੌਕਾ, ਸਾਡੇ 7 ਪਿੰਡ ਗੜੀ ਮੱਟੋਂ, ਖਾਨਪੁਰ, ਸ਼ਾਹਪੁਰ, ਸਦਪੁਰ, ਚੱਕਰੌਤਾਂ, ਪਾਲਿਆ, ਉਹਨਾਂ ਦੇ 11 ਮੈਂਬਰਾਂ 'ਚੋਂ 9 ਹਾਜ਼ਰ ਵਾ। ਉਹਨਾਂ ਨੇ ਸਰਬਸੰਮਤੀ ਨਾਲ ਬਖਸ਼ੀਸ਼ ਸਿੰਘ ਦਿਆਲ, ਜਿਹੜਾ ਬਹੁਤ ਵਧੀਆ ਇਨਸਾਨ ਆ, ਉਹਨੂੰ ਸਰਬਸੰਮਤੀ ਨਾਲ ਪ੍ਰਧਾਨ ਸਾਥੀ ਬਖਸ਼ੀਸ਼ ਤੋਂ ਨੰਬਰ 2 'ਤੇ ਜਿਹੜੇ ਨੇ ਉਹ ਸਰਦਾਰ ਦਰਸ਼ਨ ਸਿੰਘ ਸ਼ਾਹਪੁਰ ਦੇ ਜਿਹੜੇ ਸਾਬਕਾ ਸਰਪੰਚ, ਉਹਨਾਂ ਨੂੰ ਮੀਤ ਪ੍ਰਧਾਨ ਬਣਾਇਆ। ਇਹ 1918 'ਚ ਸੁਸਾਇਟੀ ਬਣੀ ਸੀ, ਬੜੇ ਉਤਰਾਅ ਚੜ੍ਹਾਅ ਦੇਖੇ ਆ, ਡੈਮੋਕ੍ਰੇਸੀ ਇੱਥੇ ਬਹਾਲ ਵਾ, ਇਹਦਾ ਚੰਗਾ ਰਿਕਾਰਡ ਵਾ। ਸਾਡੇ ਪੰਡਿਤ ਵਿਨੋਦ ਕੁਮਾਰ ਜੀ ਪੰਡਿਤ ਇਹਦੇ ਪ੍ਰਧਾਨ ਅੱਜ ਵੀ ਵਿੱਚ ਹਾਜ਼ਰ ਆ ਪੁਰਾਣੇ। ਇਹ ਪ੍ਰੋਫ 'ਚ ਜਾ ਰਹੀ ਆ, ਇੱਥੇ ਲੋਕਾਂ ਨੂੰ ਕਦੇ ਬੇਆਸ ਨਹੀਂ ਮੁੜਨਾ ਪੈਂਦਾ। ਅਸੀਂ ਚਾਹੁੰਦੇ ਹਾਂ ਬੇ ਪਾਣੀ ਦੇ ਘੁੱਟ ਨਾਲ ਸਰਬਸੰਮਤੀਆਂ ਹੋਣ। ਪਿੰਡ ਕਈ ਸੀ, ਉਹਨਾਂ ਦੇ ਨੁਮਾਇੰਦੇ ਸਰਬਸੰਮਤੀ ਨਾਲ ਚੁਣੇ ਗਏ, ਅੱਜ ਪ੍ਰਧਾਨ ਅਤੇ ਉਪ ਪ੍ਰਧਾਨ ਸਰਬਸੰਮਤੀ ਨਾਲ ਚੁਣੇ ਗਏ। ਮੈਂ ਪਿੰਡ ਵਾਸੀ ਗੜੀ ਮੱਟੋਂ, ਇਸ ਇਲਾਕੇ ਦੇ ਸਾਰੇ ਜਿੰਨੇ ਮੈਂਬਰ ਵਾ ਉਹਨਾਂ ਨੂੰ ਮੈਂ ਵਧਾਈ ਦਿੰਦਾ ਅਤੇ ਮੁਬਾਰਕਬਾਦ ਦੇ ਨਾਲ ਕਹਿਣਾ ਚਾਹੁੰਦਾ ਵੀ ਇਕੱਠੇ ਹੋ ਕੇ ਹੋਰ ਕਰੀਏ। ਸਹਿਕਾਰਤਾ ਲਹਿਰ ਬਚਣੀ ਚਾਹੀਦੀ ਆ। ਜੇ ਸਹਿਕਾਰੀ ਬੈਂਕ ਬਚੂਗੇ, ਸੁਸਾਇਟੀਆਂ ਬਚੂਗੀਆਂ, ਤਾਂ ਪਿੰਡਾਂ ਦਾ ਵਿਕਾਸ ਹੋਊਗਾ, ਲੋਕਾਂ ਦੀਆਂ। ਗੜੀ ਮੱਟੋਂ ਬੈਂਕ ਦੀ ਜਿਹੜੀ ਚੋਣ ਹੋਈ ਹੈ ਸਰਬਸੰਮਤੀ ਨਾਲ, ਅਸੀਂ ਪਹਿਲਾਂ ਤੋਂ ਜਿਹੜਾ ਸ਼ੁਰੂ ਤੋਂ ਇਹ ਚਾਹੁੰਦੇ ਹਾਂ ਵੀ ਸਾਡਾ ਭਾਈਚਾਰਾ ਕਾਇਮ ਰਹਿਣਾ ਚਾਹੀਦਾ, ਕਿਉਂਕਿ ਜਿੱਦਾਂ ਦੱਸਿਆ ਵੀ ਬੋਲੀਆਂ ਨਹੀਂ ਲੱਗਣੀਆਂ ਚਾਹੀਦੀਆਂ। ਇਹ ਬਹੁਤ ਵਧੀਆ ਬੈਂਕ, 10 ਸਾਲ ਸਾਡੇ ਪੰਡਿਤ ਵਿਨੋਦ ਜੀ ਰਹੇ ਆ, ਅਤੇ ਸਾਡੀ ਸੁਸਾਇਟੀ ਜਿਹੜੀ ਹੈ ਉਹ ਸਭ ਤੋਂ ਅੱਗੇ ਜਾ ਰਹੀ ਹੈ। ਉਹ ਬਖਸ਼ੀਸ਼ ਨੂੰ ਜ਼ਿੰਮੇਵਾਰੀ ਦਿੱਤੀ ਹੈ। ਮੈਂ ਸਾਰੇ ਮੈਂਬਰਾਂ ਨੂੰ ਬੇਨਤੀ ਕਰਾਂਗੀ ਇਹਦਾ ਸਾਥ ਦੇਣ, ਅਤੇ ਤਾਂ ਕਿ ਅੱਗੇ ਵੀ ਅਸੀਂ ਜਿਹੜਾ ਆ ਵੱਧ ਤੋਂ ਵੱਧ ਜਿਹੜਾ ਕੰਮ ਕਰੀਏ, ਅਤੇ ਲੋਕਾਂ ਨੂੰ ਜਿਹੜੀਆਂ ਇੱਥੇ 5-7 ਪਿੰਡ ਜਿਹੜੇ ਸਾਡੇ ਨਾਲ ਆ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ। ਸੋ ਮੈਂ ਸਰ ਅਤੇ ਸਾਡੇ ਸਾਰੇ ਕਮੇਟੀ ਮੈਂਬਰ ਜਿਨ੍ਹਾਂ ਨੇ ਸਾਨੂੰ ਸਰਬਸੰਮਤੀ ਨਾਲ ਅੱਜ ਗੜੀ ਮੱਟੋਂ ਸੁਸਾਇਟੀ ਦੇ ਪ੍ਰਧਾਨ ਬਣਾਇਆ, ਮੀਤ ਪ੍ਰਧਾਨ ਬਣਾਇਆ, ਅਤੇ ਮੈਂ ਅੱਜ ਸਾਰਿਆਂ ਦਾ, ਮੱਟੂ ਸਾਹਿਬ, ਸੁਭਾਸ਼ ਭੈਣ ਦਾ ਅਤੇ ਵਿਨੋਦ ਜੀ ਦਾ, ਬਖਸ਼ੀਸ਼ ਸਿੰਘ ਪ੍ਰਧਾਨ ਅਤੇ ਆਪਣੇ ਸਾਰੇ ਸੁਸਾਇਟੀ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅੱਜ ਸਰਬਸੰਮਤੀ ਨਾਲ ਸਾਡੇ ਗੜੀ ਮੱਟੋਂ ਸੁਸਾਇਟੀ ਦੀ ਲੋਕਾਂ ਨੇ ਸਰਬਸੰਮਤੀ ਨਾਲ ਬਖਸ਼ੀਸ਼ ਸਿੰਘ ਦਿਆਲ ਨੂੰ ਪ੍ਰਧਾਨ ਬਣਾਇਆ, ਔਰ ਸਰਦਾਰ ਦਰਸ਼ਨ ਸਿੰਘ ਨੂੰ ਵਾਈਸ ਪ੍ਰੈਜੀਡੈਂਟ ਬਣਾਇਆ, ਔਰ ਸਾਡੇ 7 ਪਿੰਡਾਂ ਦੀ ਇਹ ਬੜੀ ਸਮਝਦਾਰੀ ਵੀ ਹੈ ਵੀ ਇਹਨਾਂ ਨੇ ਬਿਨਾਂ ਇਲੈਕਸ਼ਨ ਤੋਂ ਇਹ ਸਰਬਸੰਮਤੀ ਕੀਤੀ, ਤਾਂ ਕਿ ਗਾਹਾਂ ਨੂੰ ਵੀ ਆਪਸ ਵਿੱਚ ਭਾਈਚਾਰਾ ਵੀ ਬਣਿਆ ਰਹੇ, ਔਰ ਜਿਹਦੀ ਵਜ੍ਹਾ ਨਾਲ ਇਹ ਸੁਸਾਇਟੀ ਹੋਰ ਤਰੱਕੀ ਕਰੇਗੀ। ਮੈਂ ਬਾਕੀ ਸਾਡੇ ਪੈਟਰਨ ਦਰਸ਼ਨ ਸਿੰਘ ਜੀ ਮੱਟੂ ਔਰ ਮਿਸਿਜ ਸੁਭਾਸ਼ ਮੱਟੂ ਜੀ ਦਾ ਵੀ ਸ਼ੁਕਰਗੁਜ਼ਾਰ ਹੈ ਵੀ ਇਹਨਾਂ ਦੀਆਂ ਐਫਰਟਸ ਨਾਲ ਵੀ ਸਾਰੇ 7 ਪਿੰਡਾਂ ਦੇ ਲੋਕਾਂ ਨੇ ਇਕੱਠ ਵੀ ਕੀਤਾ, ਔਰ ਇਹਨਾਂ ਦੀ ਗਾਈਡੈਂਸ ਦੇ ਵਿੱਚ ਇਹ ਸਰਬਸੰਮਤੀ ਵੀ ਹੋਈ।